स्वागत है किसान वीरों तुहाडा सिद कडेरी फार्मिंग दे विच। किसान वीरो अज जिहड़ी वीडियो तुहानू बना के दिखा रहे हैं सिर्फ एक चौंकी आ वीडियो बनाउणी है, पांच चार मिनट की है। उन्हां वीरां वास्ते जिन्हां नू एक अद्धा काम करके लगता हुंदा कई बार भी साडे कोल टाइम नहीं है जां किन्ने क काम बंदा कर सकदा, एक वीर नाल मिलाउणा तुहानू। इस वीर ने आपदे हत्थीं एक ट्राली तैयार की है, इहदा डिजाइन भी वक्खरा लगा, कुछ कु चीज़ां नवीआं बाई ने कीतीआं, क्योंकि आम तौर पर जिन्हां तों असीं ट्रालियां तैयार करवाउणे ओ वीर वर्कशाप का काम करते होंगे है तो वह सिर्फ ट्रालियां तैयार करते हैं, पर ये वीर जिहड़ियां ट्रालियां तैयार करता वह आपदे वास्ते करता। तो सामने तुसीं मशीनां देख सकते हो, इहदे कोल तूड़ी वाली मशीन भी है बाई कोल, इह तों बिना कणक वढ़ण वाली मशीन भी हैगी है, मतलब जिहड़ियां जिहड़ियां ਔਖਿਆਈਆਂ ਉਹਨਾਂ ਮਸ਼ੀਨਰੀ ਦੇ ਵਿੱਚ ਬਾਈ ਨੂੰ ਫੇਸ ਕਰਨੀਆਂ ਪੈਂਦੀਆਂ ਜਦੋਂ ਸੀਜ਼ਨ ਆਉਂਦਾ, ਤਾਂ ਉਹਨਾਂ ਤੋਂ ਬਚਣ ਲਈ ਆਪਦੇ ਢੰਗ ਨਾਲ ਇੱਕ ਸੋਹਣੀ ਟਰਾਲੀ ਬਾਈ ਨੇ ਤਿਆਰ ਕੀਤੀ। ਆਪਾਂ ਥੋੜ੍ਹੀ ਬਹੁਤ ਜਾਣਕਾਰੀ ਲੈਣੀ ਹੈ, ਉਮੀਦ ਹੈ ਤੁਹਾਨੂੰ ਕੁਛ ਇਹਦੇ 'ਚੋਂ ਸਿੱਖਣ ਨੂੰ ਜ਼ਰੂਰ ਮਿਲੇਗਾ। ਉਹ ਮਿਲਦੇ ਹਾਂ ਬਾਈ ਨੇ, ਕਰਦੇ ਹਾਂ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸਿਓ ਵੀਰ। ਜਗਸੀਰ ਸਿੰਘ ਜੀ। ਜਗਸੀਰ ਬਾਈ, ਪਸ਼ੂ ਵੀ ਸਾਂਭ ਲੈਂਦੇ ਹੋ? ਹਾਂਜੀ ਹਾਂਜੀ। ਮਸ਼ੀਨਾਂ ਵੀ ਹੈ ਤੇ ਨਾਲ ਫਿਰ ਇਹ ਵੀ ਸ਼ੌਂਕ ਬਣਾਈ ਬੈਠੇ ਹੋ ਵੀ ਆਪ ਹੀ ਤਿਆਰ ਕਰ ਲਈਏ? ਹਾਂਜੀ ਹਾਂਜੀ, ਆਪ ਹੀ ਤਿਆਰ ਕਰਾਂਗੇ ਜੀ ਆਪਾਂ। ਅੱਛਾ, ਟਰਾਲੀ ਵੀ ਘਰੇ ਤਿਆਰ ਕਰੀ ਆ, ਪਹਿਲਾਂ ਟਰਾਲਾ ਇਹ ਪਹਿਲਾਂ ਘਰੇ ਬਣਾਇਆ ਸੀਗਾ। ਤੁਸੀਂ ਵੀ ਘਰੇ ਬਣਾਇਆ? ਹਾਂਜੀ। ਇਹ ਕਿੱਥੋਂ ਪਰ ਪ੍ਰੈਕਟਿਸ ਕਿੱਥੋਂ ਕੀਤੀ ਇਸ ਚੀਜ਼? ਇਹ ਪ੍ਰੈਕਟਿਸ ਜੀ ਮੇਰੇ ਨਾਲ ਡਰਾਈਵਰ ਹੀ ਹੁੰਦੇ ਸੀਗੇ ਜਿਹੜੇ ਕੰਮ ਕਰਦੇ ਬੈਲਟ ਦਾ। ਅੱਛਾ। ਮੈਂ ਸ਼ੌਂਕ ਰੱਖਦਾ ਸੀਗਾ। ਅੱਛਾ। ਤੇ ਡਰਾਈਵਰ ਉਹ ਨਾਲ ਜਦੋਂ ਆਪਾਂ ਕੰਮ ਕੁੰਮ ਇੱਥੇ ਘਰੇ ਕਰਦੇ ਸੀ ਸਾਰਾ ਮਸ਼ੀਨ ਦਾ ਵੀ, ਕਾਫੀ ਚਿਰ ਦੀ ਮੇਰੇ ਕੋਲ ਮਸ਼ੀਨ ਆ, ਘੱਟੋ ਘੱਟ 30 ਸਾਲ ਹੋ ਗਏ ਹੋਣੇ ਆ। ਅੱਛਾ। ਟਰੈਕਟਰ ਵਾਲੀ ਮਸ਼ੀਨ। ਠੀਕ ਹੈ। ਤੇ ਉਦੋਂ ਘਰੇ ਹੀ ਫਿਰ ਬੈਲਟ ਬੁਲਟ ਦਾ ਕੰਮ ਕਰਦੇ ਸੀ, ਕਿਉਂਕਿ ਵਰਕਸ਼ਾਪਾਂ ਜਾਂ ਖਰਚੇ ਬਹੁਤ ਪੈ ਜਾਂਦੇ ਆਪਾਂ ਨੂੰ, ਉਹਨਾਂ ਦਾ ਵੀ ਵਿਚਾਰਿਆਂ ਦੇ ਵੱਸ ਨਹੀਂ, ਕਿਉਂਕਿ ਖਰਚੇ ਲੇਬਰ ਦੇ ਦੇਣੇ ਹੁੰਦੇ ਉਹਨਾਂ ਨੇ, ਤੇ ਬਾਕੀ ਬਿਲਡਿੰਗ ਦਾ ਸਾਰਾ ਖਰਚਾ ਲੇਬਰ ਦੇ। ਕਿਵੇਂ ਫਿਰ ਜਦੋਂ ਤਿਆਰ ਕਰਦੇ ਹੋ ਆਪਦੀ ਮਿਹਨਤ ਵੀ ਬਚ ਜਾਂਦੀ, ਕੁਛ ਲੋਹਾ ਵੀ ਕੰਟਰੋਲ ਰੇਟ ਤੇ ਮਿਲ ਕੇ ਉਸ ਚੀਜ਼ ਸਸਤੀ ਵੀ ਤਿਆਰ ਹੋ ਜਾਂਦੀ? ਹਾਂਜੀ ਹਾਂਜੀ, ਸਸਤੀ ਤਿਆਰ ਹੋ ਜਾਂਦੀ ਹੈ। ਇੱਕ ਚੀਜ਼ ਬਹੁਤ ਇੱਕ ਇਹ ਹੈਗਾ ਜੀ, ਬਹੁਤ ਵਧੀਆ ਚੀਜ਼ ਤਿਆਰ ਹੋ ਜਾਂਦੀ ਆ। ਅੱਛਾ। ਕਿਉਂਕਿ ਜਿਹੜੇ ਮਿਸਤਰੀ ਆ ਵਿਚਾਰੇ ਉਹ ਕਈ ਵਾਰੀ ਠੇਕੇਦਾਰੀ ਕੰਮ ਕਰਾਉਂਦੇ ਆ, ਬਿਲਡਿੰਗ ਬੁਲਡਿੰਗ ਲੇੜਾ ਲੂੜਾ ਨਹੀਂ ਭਰਦੇ ਟਿਕਾ ਕੇ ਸਾਰੇ ਥਾਈ, ਤੇ ਆਪਾਂ ਜਦੋਂ ਕੰਮ ਕਰਨਾ ਸਾਰਾ ਸ਼ੌਂਕ ਨਾਲ ਕੰਮ ਕਰਨਾ ਵੀ ਕਿਤੋਂ ਨਹੀਂ ਆ, ਟਿਕਾ ਕੇ ਲੇੜਾ ਲੂੜਾ ਭਰ ਕੇ ਗਰੈਂਡਰ ਗਰੁੰਡਰ ਮਾਰ ਕੇ ਪੂਰਾ ਸਫਾਈ ਦੇ ਨਾਲ ਜਿਵੇਂ ਆਪਾਂ ਨੂੰ ਚੰਗਾ ਲੱਗਦਾ ਉਵੇਂ ਸ਼ੌਂਕ ਨਾਲ ਕੰਮ ਕਰਦਾ, ਜਿਵੇਂ ਆਹ ਡਾਲਾ ਆਪਾਂ ਬਣਾਇਆ ਦੋਨੇ ਪਾਸੇ ਨੂੰ ਖੁੱਲਦਾ ਕਰਿਆ। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਇਹ ਟਰਾਲੀ ਜਿਹੜੀ ਤਿਆਰ ਕੀਤੀ ਇਹਦਾ ਸਾਈਜ਼ ਕੀ ਹੈ? ਇਹਦਾ 11-6 ਆ ਜੀ। 11-6? ਹਾਂਜੀ। ਕਿੰਨੇ ਚਿਰ ਚ ਤਿਆਰ ਹੋ ਗਈ ਇਹ? 25 ਦਿਨਾਂ ਚ ਤਿਆਰ ਕਰਤੀ ਹੈ ਜੀ ਆਪਾਂ। 25 ਦਿਨਾਂ ਚ ਦੋ ਜਣਿਆਂ ਨੇ ਤਿਆਰ ਕਰ ਲਈ, ਇੱਕ ਮੁੰਡਾ ਫਿਰ ਨਾਲ ਲੇਬਰ ਵਾਲਾ ਰੱਖਿਆ? ਹਾਂਜੀ ਹਾਂਜੀ, ਉਹ ਸਾਡੇ ਪਿੰਡੋਂ ਹੀ ਇੱਕ ਬਾਜੀਗਰਾਂ ਦਾ ਮੁੰਡਾ ਪ੍ਰੇਮ ਸਿੰਘ। ਅੱਛਾ। ਉਹ ਸੀਗਾ ਪਹਿਲਾਂ ਜਗਰੂਪ ਸਿੰਘ ਬਾਈ ਵੀ ਸਿੱਖਾਂ ਦਾ ਮੁੰਡਾ, ਉਹ ਵੀ ਬਹੁਤ ਚੰਗਾ ਮਿਸਤਰੀ ਆ, ਉਹ ਟਰਾਲਾ ਉਹਨੇ ਮੇਰੇ ਨਾਲ ਤਿਆਰ ਕਰਵਾਇਆ ਸੀਗਾ। ਅੱਛਾ ਠੀਕ ਹੈ। ਅੱਛਾ ਇੱਕ ਚੀਜ਼ ਇਹ ਦੱਸੋ ਜੀ ਵੀ ਜਿਹੜੀ ਉਹਨੇ ਟਰਾਲੀ ਆਪਾਂ ਤਿਆਰ ਕੀਤੀ ਹੈ ਇਹ ਆਉਣ ਵਾਲਾ ਟਾਈਮ ਜਿਹੜਾ ਤੂੜੀ ਦਾ ਜਾਣਾ, ਤੂੜੀ ਵਾਸਤੇ ਲਾਉਣੀ ਆਪਾਂ? ਹਾਂਜੀ, ਤੂੜੀ ਵਾਸਤੇ ਵੀ ਕੰਮ ਦੇਊਗੀ, ਭਰਤ ਦਾ ਵੀ ਕੰਮ ਦੇਊਗੀ। ਠੀਕ ਹੈ। ਤੂੜੀ ਵਾਸਤੇ ਆਪਾਂ ਉੱਤੇ 3 ਫੁੱਟਾ ਵੈਡ ਲਾਇਆ ਇਹਦੇ। ਅੱਛਾ। ਇਹ 2.25 ਦੀ ਹੈਗੀ ਆ ਵਾੜ ਆ। ਠੀਕ ਹੈ। ਹਾਂਜੀ, ਤੇ ਉੱਤੇ ਵੈਡ ਲਾ ਕੇ ਉੱਤੇ ਟੋਪੀ ਤਿਆਰ ਕਰੀ ਆ। ਠੀਕ ਹੈ। ਅੱਛਾ ਇਹਦੇ ਡਾਲੇ ਬਾਰੇ ਆਪਾਂ ਗੱਲ ਕਰਨੀ ਸੀ ਵੀ ਡਾਲਾ ਜਿਹੜਾ ਮਾੜਾ ਖੋਲ ਕੇ ਦਿਖਾਇਓ ਜੀ ਦੋਸਤੋ। ਇਹ ਵੱਖਰਾ ਡਾਲਾ ਹੈ, ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਣਾ ਇਦਾਂ ਦਾ। ਇਹ ਤੁਸੀਂ ਦੇਖ ਸਕਦੇ ਹੋ ਹਾਫ ਖੁੱਲ ਗਿਆ। ਹਾਂਜੀ, ਇਸ ਤਰ੍ਹਾਂ ਇੱਕ ਕੁੰਡਾ ਲੱਗ ਜਾਂਦਾ ਹਾਫ ਖੁੱਲ ਕੇ ਇਸ ਸਾਈਡ ਤੇ ਫਿੱਟ ਹੋ ਜਾਣਾ। ਹਾਂਜੀ ਹਾਂ, ਸਹੀ ਹੈ। ਠੀਕ ਹੈ। ਇਹ ਦੂਜਾ ਪਾਸਾ ਵੀ ਇਹ ਵੀ ਖੁੱਲੂਗਾ? ਹਾਂਜੀ, ਇਹ ਦੂਜਾ ਖੁੱਲਦਾ ਜੀ। ਖੋਲ ਦਿਓ ਜੀ ਇਹਨੂੰ। ਸੋ ਦੋਸਤੋ ਇਸ ਸਾਈਡ ਤੋਂ ਵੀ ਖੁੱਲ ਕੇ ਪਰਲੇ ਪਾਸੇ ਜਾ ਕੇ ਇਹਦੀਆਂ ਕੁੰਡੀਆਂ ਲੱਗ ਜਾਣਗੀਆਂ। ਹਾਂਜੀ ਹਾਂਜੀ, ਇਹ ਤੁਸੀਂ ਦੇਖੋਗੇ ਉਧਰ ਪੈਣਾ ਬਈ। ਹਾਂਜੀ, ਸੋ ਇਸ ਤਰੀਕੇ ਨਾਲ ਇਧਰ ਬੰਦ ਹੋ ਜਾਂਦਾ। ਅੱਛਾ, ਇਹ ਜਦੋਂ ਆਪਾਂ ਤੂੜੀ ਲਾਉਣੀ ਹੋਈ ਉਦੋਂ ਫਿਰ ਇਹ ਸਾਈਡਾਂ ਦੇ ਉੱਤੇ ਲੱਗ ਜਾਊਗਾ ਖੁੱਲ ਕੇ? ਇਹ ਸਾਈਡਾਂ ਤੇ ਲੱਗ ਜੂ, ਜਿਹੜਾ ਉੱਪਰ ਇਹਦੇ ਜੀ ਬੈੱਡ 3 ਫੁੱਟਾ ਬੈੱਡ ਬਣਿਆ ਇਹਦੇ ਉੱਤੇ ਜਾਲੀ ਵਾਲਾ। ਠੀਕ ਹੈ। ਤੇ ਉਹ ਵੀ ਸਾਈਡ ਨੂੰ ਖੁੱਲਦਾ ਕਰਿਆ ਜੀ? ਅੱਛਾ, ਉਹ ਵੀ ਸਾਈਡ ਨੂੰ ਖੁੱਲੂਗਾ? ਹਾਂਜੀ ਹਾਂ। ਉੱਪਰ ਉੱਪਰ ਨਹੀਂ ਚੱਕਦੇ, ਸਿੱਧਾ ਨਹੀਂ ਚੱਕਦੇ? ਨਹੀਂ, ਉੱਪਰ ਚੱਕਦਾ ਪਹਿਲਾਂ ਕਰਿਆ ਸੀਗਾ ਜੀ ਇਹ ਟਰਾਲੇ ਦਾ ਸੀ। ਅੱਛਾ। ਉਹ ਜਦੋਂ ਮੰਗ ਮੁੰਗ ਕੇ ਕੋਈ ਲੈ ਜਾਂਦਾ ਸੀ ਟਰਾਲਾ, ਦਾਣੇ ਵਗੈਰਾ ਲਾਉਂਦੇ ਸੀ, ਉਹ ਢੇਰੀ ਤੇ ਲੱਗ ਕੇ ਬਿੰਗਾ ਹੋ ਜਾਂਦਾ, ਇਹ ਪ੍ਰੋਬਲਮ ਆਉਂਦੀ ਸੀਗੀ। ਅੱਛਾ। ਫਿਰ ਉਹਦਾ ਵੀ ਅਸੀਂ ਬਾਅਦ ਦੇ ਵਿੱਚ ਪੱਟ ਕੇ ਸਾਈਡ ਨੂੰ ਖੁੱਲਦਾ ਕਰਿਆ ਜੀ? ਅੱਛਾ, ਉਹਦਾ ਵੀ ਸਾਈਡ ਨੂੰ ਖੁੱਲਦਾ ਕਰਤਾ ਉਦੋਂ ਬਾਅਦ ਦੇ ਵਿੱਚ? ਹਾਂਜੀ ਹਾਂਜੀ, ਠੀਕ ਹੈ। ਸੋ ਦੱਸੋ ਇਹ ਟਰਾਲੀ ਬਾਈ ਨੇ ਆਪ ਤਿਆਰ ਕੀਤੀ, ਬਈ ਡਾਲਾ ਬੰਦ ਕਰ ਦਿਓ ਜੀ। ਸਪੈਸ਼ਲ ਸਾਨੂੰ ਵੱਖਰਾ ਲੱਗਾ ਕਿਉਂਕਿ ਇਦਾਂ ਦੇ ਡਾਲੇ ਦੇਖੇ ਨਹੀਂ ਗਏ ਪਹਿਲਾਂ। ਵੀਰ ਨੇ ਆਪਦੇ ਹਿਸਾਬ ਨਾਲ ਇਹਨੂੰ ਤਿਆਰ ਕਰਤਾ। ਦੇਖੋ, ਡਾਲਾ ਲਾ ਕੇ ਰੱਖਣ ਦੀ ਲੋੜ ਨਹੀਂ ਗੀ, ਸਾਈਡਾਂ ਨੂੰ ਕਰ ਦਿਓ, ਤੁਹਾਡਾ ਜਿਹੜਾ ਉਹ ਟਰਾਲਾ ਹੈ ਉਹ ਫ੍ਰੀ ਹੋ ਜੂਗਾ ਡਾਲੇ ਤੋਂ। ਅਤੇ ਇੱਥੇ ਬਾਈ ਨੇ ਇਹਨੂੰ ਹੁਣ ਨਾਲ ਜਿਹੜਾ ਉਹ ਬੰਦ ਹੁੰਦਾ ਕਰਤਾ, ਇਹ ਇੱਕ ਆਰਲੀ ਜੀ ਲਾ ਦਈ ਹੈ ਵੀਰ ਨੇ, ਇਹ ਵੀ ਲੌਕ ਹੋ ਜਾਂਦੀ ਹੈ, ਪਿੰਨ ਪੈ ਜਾਂਦੀ ਹੈ ਇਹਦੇ 'ਚ, ਦੇਖ ਸਕਦੇ ਹੋ ਤੁਸੀਂ ਇੱਥੋਂ ਲੌਕ ਹੋ ਗਈ ਹੈ ਟਰਾਲੀ। ਸੋ ਇਹ ਬਾਈ ਨੇ ਆਪ ਡਿਜ਼ਾਇਨ ਜਿਹੜਾ ਉਹ ਇਹਦਾ ਤਿਆਰ ਕੀਤਾ। ਕਿੱਦਾਂ ਦੀ ਲੱਗੀ ਟਰਾਲੀ, ਮਾਲੇ ਦੁਆਲੇ ਘੁੰਮ ਕੇ ਦਿਖਾ ਦੇਣਾ, ਕਮੈਂਟ ਕਰਕੇ ਦੱਸਿਓ। ਇਹ ਅਹਿਮਤੀ ਵੀਰ ਮਿਲਾਇਆ ਦੋਸਤੋ, ਜਿਹੜਾ ਪਸ਼ੂ ਪਾਲਣ ਦਾ ਕੰਮ ਵੀ ਕਰਦਾ ਅਤੇ ਜਿਹੜਾ ਨਾਲ ਇੱਦਾਂ ਦੀ ਮਸ਼ੀਨਰੀ ਵੀ ਤਿਆਰ ਕਰਦਾ। ਅਤੇ ਇਹ ਟਰਾਲੀ ਵੀ ਜਿਹੜੀ ਬਾਈ ਨੇ ਤਿਆਰ ਕੀਤੀ ਆ, ਡਿਜ਼ਾਇਨ ਤੁਸੀਂ ਸਾਰਾ ਇਹਦਾ ਸਾਈਡਾਂ ਤੋਂ ਵੀ ਦੇਖ ਲਿਆ, ਅਤੇ ਇਹ ਜੈੱਕ ਵਾਲੀ ਹੈ, ਮਤਲਬ ਆਪ ਹੀ ਵੀਰ ਨੇ ਜੈੱਕ ਵੀ ਇਹਦੇ ਫਿੱਟ ਕੀਤਾ।
खर्चे भी बचे है कुछ क्योंकि आप मेहनत की है बाई ने। तो दूजी गल जीजा जिहड़ियां दिक्कतां बाई नूं पहलां वालियां ट्रालियां च आउंदियां सी इस चों सारियां उह रिमूव करतियां, इह प्लस पॉइंट इस ट्राली दा रहूगा। किदां लगी वीडियो कमेंट करके दस्सो, धन्नवाद।